ਰਾਜਵੰਦ ਰਾਜ ਦਾ ਨੋਵਲ ਬਰੋਲੇ ਦੀ ਜੂਨ 25ਵੇਂ ਅੰਗ ਦਾ ਬਾਕੀ ਦਾ ਹਿੱਸਾ ਉਹ ਅੱਖਾਂ ਵੱਡੀਆਂ ਕਰਕੇ ਇੱਕਦਮ ਬੋਲਿਆ ਤੈਨੂੰ ਪਤਾ ਹੈ ਕਿਸ ਨਾਲ ਚੱਕਰ ਸੀ ਉਹਦਾ ਸਭ ਪਤਾ ਹੈ ਇਹ ਵੀ ਪਤਾ ਹੈ ਵੀ ਜਲੰਧਰ ਦੀ ਕਿਹੜੀ ਕੋਠੀ 'ਚ ਉਹਦਾ ਬਿਸਤਰਾ ਗਰਮ ਕਰਦੀ ਰਹੀ ਵੀਰਾਂ ਨਵੇਂ-ਨਵੇਂ ਬੰਬ ਸੁੱਟ ਰਿਹਾ ਸੀ ਦੀਪਾ ਹੁਣ ਹੈਰਾਨੀ ਦੇ ਹੜੱਚ ਹੜਦਾ ਜਾ ਰਿਹਾ ਸੀ ਉਸ ਕੋਲ ਜ਼ਬਾਨੀ ਸਵਾਲ ਨਾ ਹੋਇਆ ਪਰ ਉਹਦੀਆਂ ਅੱਖਾਂ ਪੂਰੀਆਂ ਦੀਆਂ ਪੂਰੀਆਂ ਸਵਾਲ ਬਣ ਚੁੱਕੀਆਂ ਸੀ ਤੂੰ ਐਵੇਂ ਦਾਈ ਕੋਲੋਂ ਪੇਟ ਲੁਕਾਉਂਦਾ ਫਿਰਦਾ ਸੀ ਦੇਖ ਲੈ ਮੈਂ ਕੱਢ ਲਿਆ ਨਾ ਸੂਹਾ ਆਪਣਾ ਵੀ ਜਸੂਸੀ ਦਾ ਪੂਰਾ ਨੈਟਵਰਕ ਆ ਮੇਰਾ ਹੁੰ ਡਿੰਗਾ ਮਾਰੀ ਜਾ ਰਿਹਾ ਸੀ ਉਧਰ ਦੀਪੇ ਨੂੰ ਇਹ ਜਾਣਨ ਦੀ ਕਾਲ ਸੀ ਕਿ ਨਿੰਮੀ ਦਾ ਬੁਆਏਫਰੈਂਡ ਸੀ ਕੌਣ ਫਿਰ ਇਹ ਕੌਣ ਸੀ ਉਹਦਾ ਸਹੇਲਾ ਲੈ ਜਿੱਦਾਂ ਤੈਨੂੰ ਨਹੀਂ ਪਤਾ ਸੱਚੀ ਨਹੀਂ ਪਤਾ ਯਾਰ ਅਸਲ 'ਚ ਉਹਨੇ ਵਿਆਹ ਤੋਂ ਪਹਿਲਾਂ ਇੰਨਾ ਹੀ ਕਿਹਾ ਸੀ ਕਿ ਉਹ ਕਿਸੇ ਨਾਲ ਪਿਆਰ ਕਰਦੀ ਹੈ ਇਸ ਲਈ ਮੈਂ ਉਹਦੀ ਛੋਟੀ ਭੈਣ ਨੂੰ ਪਸੰਦ ਕਰ ਲਵਾਂ ਪਰ ਉਹ ਕਿਨੂੰ ਪਸੰਦ ਕਰਦੀ ਹੈ ਇਹਦੇ ਬਾਰੇ ਉਹਨੇ ਕੋਈ ਭੋਗ ਨਹੀਂ ਪਾਇਆ ਉਹਨੂੰ ਪਿਛਲੇ 7-8 ਮਹੀਨਿਆਂ ਤੋਂ ਕਹਿਣ ਲੱਗ ਪਈ ਕਿ ਮੈਂ ਜਿਹਦੇ ਨਾਲ ਪਿਆਰ ਕਰਦੀ ਸੀ ਉਹਦੇ ਨਾਲ ਮੇਰਾ ਬ੍ਰੇਕਅਪ ਹੋ ਗਿਆ ਮੈਨੂੰ ਕਿਸੇ ਰੁੱਖ ਕੈਨੇਡਾ ਮੰਗਾ ਲਓ ਅਸੀਂ ਉਹਨੂੰ ਮੰਗਵਾਉਣ ਲਈ ਕਈ ਪਾਪੜ ਵੇਲੇ ਪਰ ਗੱਲ ਨਹੀਂ ਬਣੀ ਫਿਰ ਲਾਲੀ ਜਿੱਤ ਤੇ ਅੜ ਗਈ ਵੀ ਲੋਕ ਵੀ ਇਦਾਂ ਨਕਲੀ ਵਿਆਹ ਕਰਕੇ ਮੰਗਵਾਈ ਲੈਂਦੇ ਆਪਾਂ ਵੀ ਮੰਗਵਾ ਲਈਏ ਬਸ ਆ ਕਹਾਣੀ ਆ ਸਾਰੀ ਦੀਪੇ ਨੇ ਇਸ ਮਾਮਲੇ 'ਚ ਆਪਣੀ ਸਥਿਤੀ ਸਪਸ਼ਟ ਕੀਤੀ ਯਾਰ ਜੀ ਨੇ ਤੇਰੇ ਵਿਆਹ ਚ ਪਾਲੇ ਕੋਲੋਂ ਛੇਤਰ ਖਾਦੇ ਸੀ ਉਹ ਅਮਲੀ ਜਿਆ ਸੀ ਇਹਦਾ ਯਾਰ ਹੈ ਉਹ ਜੈਲਾ ਆਹਾਂ ਜੈਲਈ ਤੈਨੂੰ ਕਿੱਦਾਂ ਪਤਾ ਬਈ ਯਾਰ ਉਹਨੇ ਹੁਣ ਇੱਕ ਡਾਂਸ ਗਰੁੱਪ ਖੋਲ੍ਹਿਆ ਹੋਇਆ ਇੱਕ ਵਾਰ ਵਿਆਹ ਦੇ ਸੀਜ਼ਨ ਚ ਮੇਰੀ ਗੱਡੀ ਉਹਦੇ ਗਰੁੱਪ ਨਾਲ ਪੱਕੀ ਲੱਗੀ ਰਹੀ ਮੈਂ ਉਹਨਾਂ ਨੂੰ ਕਈ ਵਾਰ ਇੱਧਰ ਉੱਧਰ ਲੈ ਕੇ ਜਾਂਦਾ ਰਿਹਾ ਬੜਾ ਖੁੱਬ ਹੋ ਬਦਾਸਤਾ ਸੀ ਬਈ ਕਿ ਮੇਰੀ ਸਾਬਕਾ ਮਸ਼ੂਕ ਦੀ ਭੈਣ ਤੁਹਾਡੇ ਪਿੰਡ ਵੀ ਆਈ ਹੋਈ ਆ ਤੇ ਜਦੋਂ ਮੈਂ ਪੁੱਛਿਆ ਕੌਣ ਤਾਂ ਉਹਨੇ ਲਾਲੀ ਦਾ ਨਾਮ ਲਿਆ ਮੈਨੂੰ ਸਾਰੀ ਕਹਾਣੀ ਸਮਝ ਆ ਗਈ ਮੈਂ ਉਹਨੂੰ ਨਹੀਂ ਦੱਸਿਆ ਵੀ ਮੇਰੀ ਤੇਰੇ ਨਾਲ ਇੰਨੀ ਸਾਂਝ ਆ ਫਿਰ ਰੋਜ਼ ਨਾਲ ਆਉਣ ਜਾਣ ਨਾਲ ਨਵੇਂ-ਨਵੇਂ ਭੇਦ ਖੋਲਦਾ ਰਿਆ ਵੀਰੇ ਨੇ ਕਹਾਣੀ ਖੋਲ ਕੇ ਦੱਸੀ ਕਿਹੜੇ-ਕਿਹੜੇ ਭੇਦ ਆ ਆਪ ਹੀ ਕਦੋਂ ਤੋਂ ਇਹਨਾਂ ਦਾ ਇਸ਼ਕ-ਪੇਚਾ ਸਟਾਰਟ ਹੋਇਆ ਕਦੋਂ ਤੇ ਕਿੱਥੇ ਪਹਿਲੀ ਵਾਰ ਮੰਜਾ ਭੰਨਿਆ ਕਿਦਾਂ ਉਹਨੂੰ ਬਾਹਰਲਾ ਰਿਸ਼ਤਾ ਆਇਆ ਕਿਦਾਂ ਉਹਨਾਂ ਦੀ ਲੜਾਈ ਹੋਈ ਕਿਦਾਂ ਤੋੜ ਵਿਛੜਾ ਹੋਇਆ ਸਭ ਕੁਝ ਵੀਰੇ ਨੇ ਨੀਗਾ ਸੜਕ ਤੇ ਰੱਖ ਦਿਆਂ ਕਿਆ ਤੂੰ ਵਿਆਹ ਨਹੀਂ ਵੀ ਵਿਆਹ ਤੇ ਤੇਰੇ ਜੁੱਤੀਆਂ ਕਿਉਂ ਫਿਰੀਆਂ ਸੀ ਦੀਪੇ ਨੇ ਸਵਾਲ ਕੀਤਾ ਨਹੀਂ ਯਾਰ ਮੈਂ ਅਣਜਾਣ ਹੀ ਬਣਿਆ ਰਿਹਾ ਜੇ ਮੈਂ ਉਹਨੂੰ ਇਹ ਦੱਸ ਦਿੰਦਾ ਭਈ ਮੈਂ ਵਿਆਹ ਚ ਉਹਦੇ ਜੁੱਤੀਆਂ ਪੈਂਦੀਆਂ ਦੇਖੀਆਂ ਸੀ ਤਾਂ ਉਹਨੇ ਮੇਰੇ ਨਾਲ ਇੰਨਾ ਥੋੜਾ ਖੁੱਲਣਾ ਸੀ ਨਾਲੇ ਬਾਬੇ ਉਹ ਅਸੀਂ ਆਪਣੀ ਗੱਾਕੀ ਥੋੜਾ ਖਰਾਬ ਕਰਨੀ ਵੀਰੇ ਨੇ ਦੀਪੇ ਵੱਲ ਦੇਖਦੇ ਆਂ ਅੱਖ ਦੱਬ ਕੇ ਕਿਹਾ ਅੱਛਾ ਹੁਣ ਇਹ ਦੱਸ ਭੀ ਤੈਨੂੰ ਮੇਰੇ ਇਸ ਨਕਲੀ ਵਿਆਹ ਦਾ ਕਿੱਦਾਂ ਪਤਾ ਦੀਪੇ ਨੇ ਅਗਲਾ ਸਵਾਲ ਕੀਤਾ ਜਿਸ ਮੈਰਿਜ ਪੈਲੇਸ ਤੇ ਤੁਸੀਂ ਵਿਆਹ ਦਾ ਮਜਮਾ ਲਾਇਆ ਸੀ ਉਦੇ ਨਾਲ ਵਾਲੇ ਹਾਲ 'ਚ ਇੱਕ ਹੋਰ ਵਿਆਹ ਹੋ ਰਿਹਾ ਸੀ। ਉਸ 'ਚ ਆਪਣੇ ਪਿੰਡ ਦਾ ਇੱਕ ਡਰਾਈਵਰ ਗੱਡੀ ਲੈ ਕੇ ਗਿਆ ਹੋਇਆ ਸੀ। ਉਹਨੇ ਤੈਨੂੰ ਸਟੇਜ 'ਤੇ ਬੈਠੇ ਨੂੰ ਪਛਾਣ ਲਿਆ ਤੇ ਨਾਲ ਹੀ ਸਬੂਤ ਦੇ ਤੌਰ 'ਤੇ ਤੇਰੀ ਫੋਟੋ ਖਿੱਚ ਲਈ। ਅਗਲੇ ਦਿਨ ਟੈਕਸੀ ਸਟੈਂਡ 'ਤੇ ਮੇਰੇ ਕੋਲ ਆ ਕੇ ਕਹਿਣ ਲੱਗਾ ਕਿ ਦੀਪਾ ਭਾ ਇੰਡੀਆ ਆਇਆ ਹੈ ਤੇ ਕੱਲ ਉਹਦਾ ਵਿਆਹ ਸੀ। ਮੈਂ ਉਹਦੀ ਮੰਨਣਾ। ਫਿਰ ਉਹਨੇ ਮੈਨੂੰ ਫੋਟੋ ਦਿਖਾਈ। ਤੇਰੇ ਨਾਲ ਨਿੰਮੀ ਬੈਠੀ ਦੇਖ ਕੇ ਮੈਨੂੰ ਸਾਰੀ ਕਹਾਣੀ ਸਮਝ ਆ ਗਈ। ਫਿਰ ਵੀ ਮੈਂ ਉਸ ਮੁੰਡੇ ਨੂੰ ਇਹੀ ਕਿਹਾ ਕਿ ਦੀਪਾ ਨਹੀਂ ਕੋਈ ਹੋਰ ਹੈ ਪਰ ਹੁਣ ਤੂੰ ਪਿੰਡ ਆ ਗਿਆ ਹੁਣ ਤਾਂ ਅਗਲੇ ਨੂੰ ਯਕੀਨ ਹੋ ਹੀ ਜਾਣਾ ਕਿ ਉਹ ਤੂੰ ਹੀ ਸੀ ਵੀਰੇ ਨੇ ਮੁਸਕਰਾਉਂਦੇ ਆ ਗੱਲ ਖਤਮ ਕੀਤੀ ਹੁਣ ਇਹ ਦੱਸ ਵੱਡਿਆ ਜਸੂਸਾ ਕਿ ਤੈਨੂੰ ਕਿੱਦਾਂ ਪਤਾ ਇਹ ਵਿਆਹ ਨਕਲੀ ਆ ਜਾਂਸਲੀ ਲੈ ਇਹਦੇ 'ਚ ਕਿਹੜੇ ਮੰਦ ਪੜਨੇ ਆ ਪਹਿਲੀ ਗੱਲ ਤਾਂ ਇਹ ਕਿ ਜੇ ਵਿਆਹ ਅਸਲੀ ਹੁੰਦਾ ਤਾਂ ਤੂੰ ਪਿੰਡ ਆਉਂਦਾ ਤੇ ਯਾਰਾਂ ਦੋਸਤਾਂ ਤੋਂ ਕੁਛ ਨਾ ਲਗਾਉਂਦਾ ਦੂਜੀ ਗੱਲ ਇਹ ਪਈ ਅਸਲੀ ਵਿਆਹ ਪਹਿਲੀ ਘਰ ਵਾਲੀ ਦੀ ਭੈਣ ਨਾਲ ਥੋੜਾ ਹੋਣਾ ਸੀ ਜੇ ਸੱਚੀ ਤੇਰਾ ਲਾਲੀ ਨਾਲ ਤਲਾਕ ਹੋਇਆ ਹੁੰਦਾ ਤਾਂ ਉਹ ਸਾਰਾ ਟੱਬਰ ਤੇਰਾ ਦੁਸ਼ਮਣ ਹੋਣਾ ਸੀ ਦੁਸ਼ਮਣ ਵੀਰੇ ਨੇ ਤਰਕ ਨਾਲ ਜਵਾਬ ਦਿੱਤਾ ਮੰਨ ਗਏ ਬਈ ਸ਼ਰਲਕ ਹੋਮਜ਼ ਨੂੰ ਦਿਮਾਗ ਤਾਂ ਤੇਰਾ ਬਥੇਰਾ ਐਵੇਂ ਇੱਥੇ ਟੈਕਸੀਆਂ ਚਲਾਈ ਜਾਂਦਾ ਆ ਜਾ ਕੈਨੇਡਾ ਆਪਾਂ ਰਲ ਕੇ ਕੋਈ ਬਿਜ਼ਨਸ ਚਲਾ ਲੈਂਦੇ ਦੀਪ ਨੇ ਹਾਸੇ ਭਾਣੇ ਸੁਲਾ ਮਾਰੀ ਨਾ ਭਈ ਜੋ ਸੁੱਖ ਛੱਜੂ ਦੇ ਚ ਬਾਹਰੇ ਉਹਨਾ ਬਲਖ ਨਾ ਬੁਖਾਰੇ ਆਪਣਾ ਹੁਣ ਇੱਧਰ ਹੀ ਸੂਤ ਆ ਤੈਨੂੰ ਪਤਾ ਮੈਂ ਦੋ ਟੈਕਸੀਆਂ ਹੋਰ ਪਾ ਲਈਆਂ ਹੁਣ ਆਪ ਕੰਮ ਨਾ ਵੀ ਕਰੀਏ ਤਾਂ ਵੀ ਸੋਨਾ guzara ਹੋ ਹੀ ਜਾਂਦਾ ਹੈ ਹੁਣ ਮੈਂ ਆਪਣੀ ਟੈਕਸੀ ਯੂਨੀਅਨ ਦਾ ਪ੍ਰਧਾਨ ਬਸ ਸਰਪੰਚੀ ਕਰ ਛੱਡੀ ਦੀਏ ਕਿਤੇ ਕੋਈ ਡਰਾਈਵਰ ਨਾ ਆਵੇ ਤਾਂ ਆਪ ਇੱਕ ਅੱਧਾ ਘੇੜਾ ਲਾ ਲਈਦਾ ਉਦਾਂ ਜੇ ਕਿਤੇ ਮੌਕਾ ਬਣਿਆ ਤਾਂ ਤੇਰੇ ਕੋਲ ਘੁੰਮਣ ਫੇਰਨ ਜ਼ਰੂਰ ਆਉ ਮੇਰੀ ਘਰ ਵਾਲੀ ਵੱਲੋਂ ਰਿਸ਼ਤੇਦਾਰੀ ਹੈਗੀ ਸਰੀਚ ਵੀਰੇ ਨੇ ਆਪਣੇ ਸੁਖਾਵੇਂ ਹਾਲਾਤ ਖੋਲ ਕੇ ਬਿਆਨ ਕੀਤੇ ਚੰਗੀ ਗੱਲ ਆ ਮਿੱਤਰਾ ਦੱਬ ਕੇ ਤਰੱਕੀ ਕਰ ਪੈਸਾ ਹੱਥਾਂ ਦੀ ਮੈਲ ਹੁੰਦਾ ਇਹਨੂੰ ਨੱਪ ਕੇ ਨਾ ਬੈਠ ਜਾਈਂ ਅੜਿਆਂ ਥੜਿਆਂ ਦੀ ਮਦਦ ਕਰਦਾ ਰਹੀਂ ਗਰੀਬਾਂ ਦੀ ਮਦਦ ਕਰਨ ਤੋਂ ਮੂੰਹ ਨਹੀਂ ਮੋੜੀਦਾ ਰੱਬ ਬਹੁਤ ਦਿੰਦਾ ਹੈ ਦੀਪੇ ਨੇ ਸੰਜੀਦਾ ਹੁੰਦਿਆਂ ਗਿਆ ਯਾਰ ਤੈਨੂੰ ਸੱਚ ਦੱਸਾਂ ਇਹ ਸਭ ਮੈਂ ਤੇਰੇ ਕੋਲੋਂ ਹੀ ਸਿੱਖਿਆ ਕਿਸੇ ਬਿਮਾਰ ਨੂੰ ਹਸਪਤਾਲ ਲੈ ਜਾਣਾ ਹੋਵੇ ਜਾਂ ਕਿਸੇ ਆਜਜ਼ ਦੀ ਮਦਦ ਕਰਨ ਲਈ ਜਾਣਾ ਪਵੇ ਤਾਂ ਮੈਂ ਸਿਰਫ ਤੇਲ ਦੇ ਪੈਸਿਆਂ 'ਚ ਹੀ ਚਲੇ ਜਾਣਾ ਹੁੰਦਾ ਸੱਚੀ ਰੱਬ ਬਹੁਤ ਦਿੰਦਾ ਹੈ ਵੀਰੇ ਨੇ ਦੀਪੇ ਦੀ ਹਾਂ ਸ਼ਾਮ ਲਈ ਉਸ ਰਾਤ ਮੰਜੇ ਤੇ ਪਿਆ ਦੀਪਾ ਡੂੰਘੀਆਂ ਸੋਚਾਂ 'ਚ ਲੈ ਗਿਆ ਅੱਜ ਵੀਰੇ ਨੇ ਅਸਲੀਅਤ ਦੀਆਂ ਕਈ ਪਰਤਾਂ ਖੋਲੀਆਂ ਸਨ ਕਈ ਗੱਲਾਂ ਨੀਂ ਸ਼ੀਸ਼ੇ ਵਾਂਗ ਸਾਫ਼ ਹੋ ਕੇ ਸਾਹਮਣੇ ਆ ਗਈਆਂ ਇਹਦਾ ਵੀ ਪਤਾ ਲੱਗ ਗਿਆ ਕਿ ਨਿੰਮੀ ਆਪਣੇ ਆਸ਼ਿਕ ਦਾ ਨਾਂ ਕਿਉਂ ਨਹੀਂ ਸੀ ਸਾਹਮਣੇ ਲਿਆ ਰਹੀ ਜਿਸ ਬੰਦੇ ਨਾਲ ਛੋਟੀ ਭੈਣ ਪੁੱਜ ਕੇ ਨਫ਼ਰਤ ਕਰਦੀ ਸੀ ਉਸੇ ਨੂੰ ਹੀ ਵੱਡੀ ਆਪਣਾ ਸਭ ਕੁਝ ਹਾਰ ਕੇ ਬੈਠੀ ਸੀ ਦੀਪੇ ਨੂੰ ਨਿੰਮੀ ਦੀਆਂ ਚਤਰਾਈਆਂ ਤੇ ਬੇहद ਗੁੱਸਾ ਆਇਆ ਇਹ ਕੁੜੀ ਕਿਹੋ ਜੇ ਗੰਦੇ ਬੰਦੇ ਨਾਲ ਖੇ ਖਾਂਦੀ ਰਹੀ ਨਿੰਮੀ ਉਸ ਨਾਲ ਵੀ ਤਾਂ ਚਤਰਾਈ ਖੇਡ ਗਈ ਸੀ ਮਗਰ ਮੱਛੀ ਹੰਝੂ ਵਹਾ ਕੇ ਤਿੰਨ ਦਿਨ ਉਹਨੂੰ ਭੋਗਦੀ ਰਹੀ ਦੀਪੇ ਨੂੰ ਇਹ ਵੀ ਭਾਸ ਰਿਹਾ ਸੀ ਕਿ ਬਹੁਤ ਸੋਝ ਸਮਝ ਕੇ ਉਹਨੂੰ ਹਨੀਮੂਨ ਰੂਪੀ ਜਾਲ 'ਚ ਫਸਾਇਆ ਗਿਆ ਕੋਈ ਇੱਕ ਤਰ੍ਹਾਂ ਸਾਰੀ ਉਮਰ ਲਈ ਨਿੰਮੀ ਦਾ ਕਾਣਾ ਹੋ ਗਿਆ ਰਾਣੋ ਤੇ ਨਿੰਮੀ ਵਾਕਈ ਬਹੁਤ ਤੇਜ਼ ਕੁੜੀਆਂ ਨੇ ਦੋਹਾਂ ਨੇ ਡਲਹੋਜ਼ੀ ਦੀਆਂ ਵਾਦੀਆਂ 'ਚ ਚੋਰੀ ਛੁਪੇ ਖੂਬ ਰੰਗ ਰਲੀਆਂ ਮਨਾਈਆਂ ਤੇ ਕਿਸੇ ਨੂੰ ਕੰਨੋਂ ਕੰਨ ਖਬਰ ਨਾ ਹੋਣ ਦਿੱਤੀ ਆਮ ਤੌਰ ਤੇ ਔਰਤਾਂ ਆਪਣੇ ਪਤੀ ਦੇ ਸ਼ਰਾਬ ਪੀਣ ਤੋਂ ਖਿੱਚਦੀਆਂ ਪਰ ਨਿੰਮੀ ਨੇ ਤਾਂ ਆਪ ਨੂੰ ਸ਼ਰਾਬ ਪੀਣ ਲਈ ਉਕਸਾਇਆ ਇਹਦਾ ਮਤਲਬ ਉਹਦੇ ਦਿਲ 'ਚ ਪਹਿਲਾਂ ਹੀ ਮੈਲ ਸੀ ਨਿੰਮੀ ਨੇ ਪੂਰੇ ਯੋਜਨਾਬੱਧ ਤਰੀਕੇ ਨਾਲ ਉਹਨੂੰ ਹਾਸਲ ਕੀਤਾ ਸੀ ਦੀਪੇ ਨੂੰ ਆਪਣੇ ਆਪ ਤੇ ਵੀ ਬਹੁਤ ਗੁੱਸਾ ਆ ਰਿਹਾ ਸੀ ਕਿ ਉਹਨੇ ਦੇਵੀਆਂ ਵਰਗੀ ਸਾਫ਼ ਦਿਲ ਪਤਨੀ ਨਾਲ ਧੋਖਾ ਕਿਉਂ ਘਮਾਇਆ ਲਾਲੀ ਦਾ ਚਿਹਰਾ ਅੱਖਾਂ ਅੱਗੇ ਆਉਂਦਿਆਂ ਹੀ ਉਹਦੀਆਂ ਅੱਖਾਂ ਚ ਅਥਰੂ ਆ ਗਏ ਉਹਦਾ ਜੀ ਕਰਦਾ ਸੀ ਕਿ ਉੱਠ ਕੇ ਕੰਧਾਂ 'ਚ ਸਿਰ ਮਾਰੇ ਆਪਣੇ ਆਪ ਨੂੰ ਕੋਈ ਸਜ਼ਾ ਦੇਵੇ ਉਨੂੰ ਇਹ ਵੀ ਫਿਕਰ ਸਤਾ ਰਿਆ ਸੀ ਕਿ ਜਿੱਦਣ ਨਿਮੀ ਕੈਨੇਡਾ ਆਈ ਉਦਣ ਕੀ ਬਣੂ ਕਿਤੇ ਕੁੜੀ ਕੋਈ ਪੰਗਾਇ ਨਾ ਪਾ ਦੇਵੇ ਉਹਦੀ ਆਤਮਾ ਤੇ ਲੱਗਾ ਦਾਗ ਹੁਣ ਸ਼ਾਇਦ ਕਦੇ ਮਿਟਣਾ ਨਹੀਂ ਅਗਲੇ ਦਿਨ ਸਵੇਰੇ ਉੱਠ ਕੇ ਉਹ ਗੁਰਦੁਆਰੇ ਚਲਾ ਗਿਆ ਮੱਥਾ ਟੇਕਣ ਲੱਗਿਆ ਇੱਕ ਵਾਰ ਫੇਰ ਉਹਦੀਆਂ ਅੱਖਾਂ ਭਰ ਆਈਆਂ ਭਾਈ ਨੇ ਅਰਦਾਸ ਤੋਂ ਬਾਅਦ ਵਾਕ ਲਿਆ ਤੇ ਕਥਾ ਕੀਤੀ ਕਥਾ 'ਚ ਭਾਈ ਜੀ ਕਹਿ ਰਹੇ ਸਨ ਕਿ ਰੱਬ ਉਹ ਗਲਤੀ ਤਾਂ ਮਾਫ ਕਰ ਦਿੰਦਾ ਜੋ ਅਣਜਾਣਪੁਣੇ ਚ ਹੋ ਜਾਏ ਪਰ ਉਹ ਗਲਤੀ ਕਦੇ ਮਾਫ ਨਹੀਂ ਕਰਦਾ ਜੋ ਮਨੁੱਖ ਨੇ ਜਾਣਬੁੱਝ ਕੇ ਕੀਤੀ ਹੋਵੇ ਦੀਪੇ ਦਾ ਇਹ ਸੋਚ ਕੇ ਮਰਨ ਹੋਈ ਜਾ ਰਿਆ ਸੀ ਕਿ ਉਹਨੇ ਤਾਂ ਗਲਤੀ ਜਾਣਬੁੱਝ ਕੇ ਕੀਤੀ ਹੈ। ਅਗਲੇ 3-4 ਦਿਨ ਦੀਪੇ ਦਾ ਕਿਤੇ ਵੀ ਜਾਣ ਨੂੰ ਜੀ ਨਾ ਕੀਤਾ। ਉਹ ਸਵੇਰੇ ਗੁਰਦੁਆਰੇ ਜਾਂਦਾ ਫਿਰ ਬਾਹਰ ਜਾ ਕੇ ਸਾਥ 'ਚ ਖੜਾ ਰਹਿੰਦਾ। ਕਦੇ-ਕਦੇ ਉਹਨੂੰ ਲੱਗਦਾ ਕਿ ਪਿੰਡ ਦਾ ਬੱਚਾ-ਬੱਚਾ ਜਾਣਦਾ ਹੈ ਕਿ ਉਹ ਆਪਣੀ ਸਾਲੀ ਨਾਲ ਫਰਜ਼ੀ ਵਿਆਹ ਕਰਾਉਣ ਆਇਆ ਹੋਇਆ ਹੈ। 4 ਦਿਨਾਂ ਬਾਅਦ ਉਹ ਜਲੰਧਰ ਤੋਂ ਬੱਸ ਫੜ ਕੇ ਦਿੱਲੀ ਨੂੰ ਨਿਕਲਾ ਆਇਆ। ਚੈਪਟਰ 26 ਐਤਵਾਰ ਸਵੇਰੇ 10 ਵਜੇ ਲਾਲੀ ਤੇ ਪ੍ਰੇਮ ਸਿੰਘ ਦੋਵੇਂ ਜਣੇ ਦੀਪੇ ਨੂੰ 에ਰਪੋਰਟ ਤੋਂ ਲੈਣ ਆਏ। ਆਉਂਦੇ ਹੋਏ ਦੀਪਾ ਬਹੁਤਾ ਨਹੀਂ ਸੀ ਬੋਲ ਰਿਹਾ। ਜਦ ਕਿ ਲਾਲੀ ਵੱਲੋਂ ਕੀਤੇ ਜਾ ਰਹੇ ਸਵਾਲਾਂ ਦੀ ਲੜੀ ਟੁੱਟੀ ਨਹੀਂ ਸੀ ਰਹੀ। ਦੀਪਾ ਹਰ ਸਵਾਲ ਦਾ ਸੰਖੇਪ ਜਾਂ ਜਵਾਬ ਦੇ ਕੇ ਚੁੱਪ ਕਰ ਜਾਂਦਾ। ਲਾਲੀ ਕੱਲ ਦੀ ਸੋਚ ਰਹੀ ਸੀ ਕਿ ਐਤਵਾਰ ਦੀ ਛੁੱਟੀ ਹੈ ਤੇ ਦੀਪੇ ਨਾਲ ਬਹੁਤ ਸਾਰੀਆਂ ਗੱਲਾਂ ਕਰੇਗੀ। ਪਰ ਘਰ ਆਉਂਦੇ ਹੀ ਦੀਪਾ ਥਕਾਵਟ ਤੇ ਜੈਟ ਲੈਗ ਦਾ ਭੱਜ ਪਾ ਕੇ ਸੌਂ ਗਿਆ। ਸ਼ਾਮ ਨੂੰ 5-6 ਵਜੇ ਉੱਠ ਕੇ ਉਹ ਕੰਮ ਵਾਲਿਆਂ ਮੁੰਡਿਆਂ ਨੂੰ ਫੋਨ ਕਰਕੇ ਕੰਮ ਦਾ ਤੇ ਹੋਰ ਹਾਲਚਲ ਪੁੱਛਦਾ ਰਿਹਾ ਤੇ ਫਿਰ ਕਾਰ ਲੈ ਕੇ ਕਿਸੇ ਨੂੰ ਮਿਲਣ ਦੇ ਭੱਜ ਨਿਕਲ ਗਿਆ ਅਸਲ 'ਚ ਦੀਪਾ ਲਾਲੀ ਕੋਲੋਂ ਨਜ਼ਰਾਂ ਚੁਰਾ ਰਿਹਾ ਸੀ ਰਾਤੀ 9 ਵਜੇ ਦੀਪਾ ਵਾਪਸ ਆਇਆ ਤਾਂ ਉਹਨੇ ਕਾਫੀ दारू ਪੀਤੀ ਹੋਈ ਸੀ ਉਹਨੇ ਸਿਰ ਦੁਖਣ ਦਾ ਭੱਜ ਪਾਇਆ ਤੇ ਛੇਤੀ ਸੌਂ ਗਿਆ ਅਗਲੇ ਦਿਨ ਉਹ ਤੜਕੇ ਕੰਮ ਤੇ ਨਿਕਲ ਗਿਆ ਤੇ ਸ਼ਾਮ ਨੂੰ ਲੇਟ ਆਇਆ ਗੱਲ ਕਾਦੀ ਤਿੰਨ ਚਾਰ ਦਿਨ ਉਹਨੇ ਆਪਣੀ ਰੁਟੀਨ ਇਸ ਤਰ੍ਹਾਂ ਦੀ ਬਣਾਈ ਰੱਖੀ ਕਿ ਲਾਲੀ ਨਾਲ ਬਹਿ ਕੇ ਜ਼ਿਆਦਾ ਗੱਲਬਾਤ ਨਾ ਹੋ ਸਕੇ ਤੀਜੇ ਚੌਥੇ ਦਿਨ ਲਾਲੀ ਨੂੰ ਉਹਦਾ ਵਿਹਾਰ ਰੜਕਣ ਲੱਗ ਪਿਆ ਵੀਰਵਾਰ ਕੰਮ ਤੇ ਜਾਣ ਤੋਂ ਪਹਿਲਾਂ ਲਾਲੀ ਕਹਿਣ ਲੱਗੀ ਦੀਪ ਅੱਛੇ ਤੇ ਆ ਜਾਇਓ ਤੁਹਾਡੇ ਨਾਲ ਕਈ ਗੱਲਾਂ ਕਰਨੀਆਂ ਨਾਲੇ ਪੀ ਕੇ ਨਾ ਆਇਓ ਪਲੀਜ਼ ਦੀਪਾ ਓਕੇ ਕਹਿ ਕੇ ਨਿਕਲ ਗਿਆ ਸ਼ਾਮ ਨੂੰ 5:30 ਵਜੇ ਦੀਪਾ ਕੰਮ ਤੋਂ ਘਰ ਨੂੰ ਤੁਰ ਪਿਆ ਉਹ ਲਾਲੀ ਦਾ ਕਿਹਾ ਨਹੀਂ ਸੀ ਮੋੜ ਸਕਦਾ ਅੱਜ ਉਹਨੂੰ ਲਾਲੀ ਦਾ ਸਾਹਮਣਾ ਕਰਨਾ ਹੀ ਪੈਣਾ ਸੀ ਉਹਦਾ ਇੱਕ ਜੀ ਕਰਦਾ ਸੀ ਕਿ ਲਾਲੀ ਨੂੰ ਸਾਰਾ ਕੁਝ ਸਾਫ਼-ਸਾਫ਼ ਦੱਸ ਦੇਵੇ ਉਸ ਕੋਲੋਂ ਮਾਫੀ ਮੰਗ ਲਵੇ ਇਸ ਨਾਲ ਇੱਕ ਵਾਰ ਉਹ ਜ਼ਰੂਰ ਲਾਲੀ ਦੀਆਂ ਨਜ਼ਰਾਂ 'ਚ ਡਿੱਗ ਪਏਗਾ ਪਰ ਜੇ ਲਾਲੀ ਨੇ ਉਹਨੂੰ ਮਾਫ਼ ਕਰ ਦਿੱਤਾ ਤਾਂ ਉਹਦੀ ਆਤਮਾ ਦਾ ਬਹੁਤ ਵੱਡਾ ਬੋਝ ਲੈ ਜਾਏਗਾ ਦੂਜੇ ਪਾਸੇ ਡਰ ਸੀ ਕਿ ਜੇ ਲਾਲੀ ਨੇ ਉਹਨੂੰ ਮਾਫ਼ ਨਾ ਕੀਤਾ ਤਾਂ ਉਹ ਕਿਧਰੇ ਲਾਲੀ ਨੂੰ ਗੁਆਈ ਨਾ ਲਵੇ ਰੱਬ ਦੇ ਨਾਮ ਦਾ ਉਹ ਟਾਸਰਾ ਲੈ ਕੇ ਉਹ ਲਾਲੀ ਅੱਗੇ ਜਾ ਪੇਸ਼ ਹੋਇਆ ਸਭ ਤੋਂ ਪਹਿਲਾਂ ਇਹ ਦੱਸੋ ਵੀ ਤੁਹਾਨੂੰ ਹੋਇਆ ਕੀ ਹੈ ਜਿੱਦਨ ਦੇ ਇੰਡੀਆ ਤੋਂ ਆਏ ਹੋ ਕੁੱਟੇ-ਵੱਟੇ ਹੀ ਫਿਰਦੇ ਹੋ ਲਾਲੀ ਨੇ ਪੈਂਦੀ ਸੱਟੇ ਪੁੱਛਿਆ ਕੁਛ ਨਹੀਂ ਯਾਰ ਜਦੋਂ ਤੁਸੀਂ ਕੋਈ ਕੰਮ ਦਿਲ ਤੋਂ ਨਾ ਕੀਤਾ ਹੋਵੇ ਤਾਂ ਉਹ ਬੋਝ ਬਣ ਕੇ ਤੁਹਾਡੇ ਦਿਲ ਤੇ ਰਹਿ ਜਾਂਦਾ ਹੈ। ਐਤਕੀ ਇੰਡੀਆ ਵਾਲੀ ਟ੍ਰਿਪ ਵਿੱਚ ਸਭ ਕੁਝ ਹੋਇਆ ਜੋ ਮੈਂ ਕਦੀ ਸੋਚਿਆ ਵੀ ਨਹੀਂ ਸੀ। ਦੀਪੇ ਨੇ ਅਸਿੱਧੇ ਢੰਗ ਨਾਲ ਆਪਣਾ ਦੁੱਖੜਾ ਰੋਇਆ। ਲਓ ਤੁਸੀਂ ਤਾਂ ਬਹੁਤ ਹੀ ਦਿਲ ਤੇ ਲਾ ਕੇ ਬਹਿ ਗਏ ਹੋ। ਲੋਕੀ ਵੀ ਤਾਂ ਇਹੋ ਜੇ ਕੰਮ ਕਰਦੇ ਹੀ ਆ। ਨਾਲੇ ਆਪਾਂ ਕਿਹੜਾ ਕਿਸੇ ਦਾ ਨੁਕਸਾਨ ਕੀਤਾ ਹੈ। ਇਹਦੇ 'ਚ ਕੋਈ ਪਾਪ ਨਹੀਂ ਦੀਪ। ਲਾਲੀ ਨੇ ਆਪਣੇ ਵੱਲੋਂ ਸਫਾਈ ਦਿੱਤੀ। ਉਹਨੂੰ ਇਹ ਹੀ ਲੱਗ ਰਿਹਾ ਸੀ ਕਿ ਗੁਰੂ ਗ੍ਰੰਥ ਸਾਹਿਬ ਮੁਰੇ ਝੂਠੀਆਂ ਲਾਵਾਂ ਲੈਣ ਕਰਕੇ ਹੀ ਦੀਪਾ ਆਪਣੇ ਆਪ ਨੂੰ ਦੋਸ਼ੀ ਮੰਨ ਰਹੀ ਐ। ਲਾਲੀ ਮੈਂ ਇਹ ਕੰਮ ਕਰਕੇ ਰੱਬ ਤੋਂ ਝੂਠਾ ਪੈ ਗਿਆ। ਸਮਾਜ ਤੋਂ ਝੂਠਾ ਪੈ ਗਿਆ, ਆਪਣੇ ਆਪ ਤੋਂ ਝੂਠਾ ਪੈ ਗਿਆ। ਇੱਥੋਂ ਤੱਕ ਕਿ ਤੇਰੇ ਤੋਂ ਵੀ ਝੂਠਾ ਪੈ ਗਿਆ। ਨਰਸਲ ਦੀਪਾ ਜੋ ਕਹਿਣਾ ਚਾਹੁੰਦਾ ਸੀ ਉਸ ਕੋਲੋਂ ਕਹਿ ਨਹੀਂ ਸੀ ਹੋ ਰਿਹਾ। ਤੁਸੀਂ ਕਿਸੇ ਤੋਂ ਝੂਠੇ ਨਹੀਂ ਪੈ ਸਕਦੇ। ਮੇਰੇ ਤੋਂ ਤਾਂ ਕਦੇ ਵੀ ਨਹੀਂ। ਤੁਸੀਂ ਜੇ ਮੈਨੂੰ ਜਿੰਨਾ ਪਿਆਰ ਕਰਦੇ ਹੋ ਮੈਂ ਤੁਹਾਡੀ ਕੋਈ ਵੀ ਗਲਤੀ ਹੱਸ ਕੇ ਮਾਫ਼ ਕਰ ਸਕਦੀ ਆਂ। ਜਦ ਕਿ ਇਸ ਗਲਤੀ ਦੀ ਤਾਂ ਸੂਤਰਧਾਰੀ ਮੈਂ ਸੀ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਆਂ ਦੀਪ ਇੰਡੀਆ ਦਾ ਇਹ ਟ੍ਰਿਪ ਤੁਸੀਂ ਆਪਣੀ ਜ਼ਿੰਦਗੀ ਚੋਂ ਮੰਨਫੀ ਕਰ ਦਿਓ ਤੁਸੀਂ ਇਹ ਸਮਝ ਲਓ ਵੀ ਤੁਸੀਂ ਇੰਡੀਆ ਗਈ ਨਹੀਂ ਲਾਲੀ ਨੇ ਅੱਗੇ ਹੋ ਕੇ ਦੀਪੇ ਦਾ ਸਿਰ ਆਪਣੀ ਛਾਤੀ ਨੂੰ ਨਾਲ ਲਿਆ ਹਾਂ ਨਾਲ ਹੀ ਮੈਂ ਸੱਚਮੁੱਚੇ ਤਿੰਨ ਹਫ਼ਤੇ ਆਪਣੀ ਜ਼ਿੰਦਗੀ ਵਿੱਚੋਂ ਐਨ ਮੰਨਫੀ ਕਰ ਦੇਣੇ ਚਾਹਨਾ ਤੂੰ ਵੀ ਇਹੀ ਸਮਝ ਲੈ ਕੇ ਮੈਂ ਇੰਡੀਆ ਗਈ ਨਹੀਂ ਆਪਾਂ ਜ਼ਿੰਦਗੀ ਉੱਥੋਂ ਹੀ ਸ਼ੁਰੂ ਕਰਦੇ ਆਂ ਜਿੱਥੇ ਮੈਂ ਤਿੰਨ ਹਫ਼ਤੇ ਪਹਿਲਾਂ ਛੱਡ ਕੇ ਗਿਆ ਸੀ ਦੀਪ ਨੇ ਅੱਖਾਂ ਪਰ ਕੇ ਲਾਲੀ ਵੱਲ ਦੇਖਦੇ ਆਂ ਕਿ ਹਾਂ ਮੇਰੇ ਸ਼ੋਨੇ ਤੁਸੀਂ ਭੁੱਲ ਜਾਓ ਸਾਰਾ ਕੁਝ ਤੁਸੀਂ ਸਿਰਫ ਇੱਕ ਵਾਰ ਨੀਮੀ ਦੀਦੀ ਲਈ ਅਪਲਾਈ ਕਰਨ ਵਾਲੇ ਪੇਪਰਾਂ ਤੇ ਸਾਈਨ ਕਰਨੇ ਆ ਉਸ ਤੋਂ ਬਾਅਦ ਆਪਾਂ ਇਹਨਾਂ ਗੱਲਾਂ ਨੂੰ ਬਿਲਕੁਲ ਭੁੱਲ ਜਾਣਾ ਬਾਕੀ ਸਾਰਾ ਕੁਝ ਆਪੇ ਮੰਮੀ ਡੈਡੀ ਕਰ ਲੈਣਗੇ ਲਾਲੀ ਨੇ ਆਪਣੇ ਵੱਲੋਂ ਦੀਪੇ ਦੇ ਸਾਰੇ ਦੁੱਖ ਹਰਨ ਦੀ ਕੋਸ਼ਿਸ਼ ਕੀਤੀ ਲਾਲੀ ਦੀਆਂ ਤਰਵਾਸੀਆਂ ਨੇ ਦੀਪੇ ਦਾ ਮਨ ਕਾਫੀ ਹੌਲਾ ਕਰ ਦਿੱਤਾ ਪਾਵੇਂ ਕਿ ਉਹਨੇ ਸਿੱਧਾ ਕੁਝ ਨਹੀਂ ਦੱਸਿਆ ਸੀ ਪਰ ਇੰਡੀਆ ਚ ਜੋ ਵੀ ਗਲਤ ਮਲਤ ਹੋਇਆ ਸੀ ਲਾਲੀ ਨੇ ਉਹ ਸਾਰਾ ਕੁਝ ਭੁੱਲ ਜਾਣ ਦਾ ਕਾਲ ਕਰ ਲਿਆ ਸੀ ਦੀਪੇ ਦੇ ਆਉਣ ਤੋਂ 2 ਹਫ਼ਤੇ ਬਾਅਦ ਪ੍ਰਕਾਸ਼ ਕੌਰ ਵੀ ਕੈਨੇਡਾ ਆ ਗਈ ਦੀਪੇ ਨੇ ਵਕੀਲ ਦੀ ਸਲਾਹ ਨਾਲ ਸਾਰੇ ਪੇਪਰ ਬਣਾ ਕੇ ਭੇਜ ਦਿੱਤੇ ਜ਼ਿੰਦਗੀ ਮੁਰਕੇ ਟਰੈਕ ਤੇ ਆ ਗਈ ਦੀਪਾ ਆਪਣੇ ਕੰਮ ਚ ਪੂਰੀ ਤਰ੍ਹਾਂ ਰੁੱਝ ਗਿਆ ਤੀਸਰੇ ਹਫ਼ਤੇ ਜਦੋਂ ਇੱਕ ਦਿਨ ਘਰ ਆਇਆ ਤਾਂ ਲਾਲੀ ਨੇ ਭੱਜ ਕੇ ਉਹਨੂੰ ਜੱਫੀ ਪਾ ਲਈ ਦੀਪੇ ਦੇ ਗੱਲ ਨੂੰ ਲੱਗੀ ਲੱਗੀ ਕਹਿਣ ਲੱਗੀ ਪੁੱਜੋ ਖਾਂ ਭਲਾ ਅੱਜ ਮੈਂ ਤੁਹਾਨੂੰ ਕੀ ਖੁਸ਼ਖਬਰੀ ਦੇਣੀ ਕੀ ਜਨਾਬ ਹੋਣੀ ਡੈਡੀ ਬਣਨ ਜਾ ਰਹੇ ਆ ਲਾਲੀ ਕੋਲੋਂ ਬਹੁਤਾ ਚਿਹਰੇ ਖਬਰ ਲੁਕੋ ਨਾ ਹੋਏ ਹਾਂ ਸੱਚੀ ਸੌਖਾ ਦੀਪੇ ਨੂੰ ਯਕੀਨ ਨਹੀਂ ਸੀ ਆ ਰਿਹਾ ਤੁਹਾਡੀ ਸ਼ੌਂ ਸ਼ੋਨੇ ਆਪਾਂ ਵੀ ਡੈਡੀ ਮੰਮੀ ਬਣਨ ਜਾ ਰਹੇ ਆ ਲਾਲੀ ਨੇ ਦੀਪੇ ਦੀ ਛਾਤੀ ਤੇ ਹਲਕੀ ਜਿਹੀ ਮੁੱਕੀ ਮਾਰ ਕੇ ਕਿਆ ਖੁਸ਼ ਕਰ ਦਿੱਤਾ ਕੁੜੀਏ ਮੰਗ ਕੀ ਮੰਗਦੀਆਂ ਅਜ ਤਾਂ ਜਾਨਵੀ ਕਹੇਗੀ ਤਾਂ ਹਾਜ਼ਰ ਕਰ ਦੂੰ ਦੀਪਾ ਮਹਾਰਾਜਿਆਂ ਵਾਲੇ ਰੌਣਚ ਆ ਗਿਆ ਤੁਹਾਡੇ ਨਾਲੋਂ ਕੁਝ ਕੀਮਤੀ ਹੈ ਤਾਂ ਉਹ ਉਹ ਦੇ ਦਿਓ ਲਾਲੀ ਨੇ ਸਿਰੇ ਲਾ ਦਿੱਤੀ ਮੇਰੇ ਲੱਡੂਆ ਮੇਰੇ ਨਾਲੋਂ ਕੀਮਤੀ ਤਾਂ ਇਹ ਹੈ ਜੋ ਤੇਰੀ ਕੁੱਖ ਚ ਹੈ ਅੱਜ ਤੋਂ ਬਾਅਦ ਤੂੰ ਕੋਈ ਕੰਮ ਨਹੀਂ ਕਰਨਾ ਆਪਣੇ ਕੰਮ ਤੋਂ ਛੁੱਟੀ ਕਰ ਤੇ ਘਰ ਬੈਠ ਦੀਪੀ ਨੇ ਲਾਲੀ ਨੂੰ ਹੁਕਮ ਸੁਣਾਇਆ ਹੋਰ ਨਾ ਕੁਝ ਵੀ ਹੁਣੇ ਘਰ ਬਹਿ ਜਾਵਾ ਉਹ ਜਨਾਬ ਮਗਰਲੇ 2-3 ਮਹੀਨੇ ਲੋੜ ਹੁੰਦੀ ਹੈ ਘਰ ਬਹਿਣ ਦੀ ਤੁਸੀਂ ਮੇਰੀ ਫਿਕਰ ਨਾ ਕਰੋ ਮੈਨੂੰ ਆਪਣਾ ਧਿਆਨ ਰੱਖਣਾ ਆਉਂਦਾ ਹੈ ਓਕੇ ਲਾਲੀ ਨੇ ਦੀਪੇ ਦਾ ਮੂੰਹ ਦੋ ਹੱਥਾਂ ਨਾਲ ਪਲੋਸਦਿਆਂ ਆਖਿਆ ਅੱਜ ਦੀਪੇ ਦੀ ਖੁਸ਼ੀ ਸਤਵੇਂ ਅਸਮਾਨ ਤੇ ਪਹੁੰਚ ਚੁੱਕੀ ਸੀ ਉਹਦੇ ਖੂਨ ਦਾ ਅੰਸ਼ ਉਹਦੇ ਵਿਹੜੇ ਦੀ ਕਲਕਾਰੀ ਬਣਨ ਜਾ ਰਿਹਾ ਸੀ ਚੈਪਟਰ 27 ਦੀਪੇ ਨੂੰ ਇੰਡੀਆ ਤੋਂ ਗਏ ਨੂੰ 5 ਹਫ਼ਤੇ ਹੋ ਗਏ ਸਨ ਨਿਮੀ ਆਪਣੇ ਕਮਰੇ 'ਚ ਬੈਠੀ ਸੀ ਉਹਦੇ ਅੰਦਰ ਕਬਰਾਟ ਤੇ ਖੁਸ਼ੀ ਦੇ ਰਲੇ ਮਿਲੇ ਭਾਵ ਸਨ ਉਹਨੂੰ ਇਸ ਵਾਰ ਮਹਾਵਾਰੀ ਨਹੀਂ ਸੀ ਆਈ ਪੰਜ ਦਿਨ ਉੱਪਰ ਹੋ ਚੁੱਕੇ ਸਨ ਕੁਝ ਦਿਨ ਪਹਿਲਾਂ ਮਾਂ ਨੇ ਕੈਨੇਡਾ ਤੋਂ ਫੋਨ ਕਰਕੇ ਦੱਸਿਆ ਸੀ ਕਿ ਲਾਲੀ ਮਾਂ ਬਣਨ ਵਾਲੀ ਹੈ ਲੱਗਦਾ ਸੀ ਰੱਬ ਨੇ ਉਹਦੀ ਵੀ ਸੁਣ ਲਈ ਉਹਨੂੰ ਇਮੀਗ੍ਰੇਸ਼ਨ ਵਾਲੇ ਸਬੋਧ ਮਹਿਤਾ ਦਾ ਦਿੱਤਾ ਮੰਤਰ ਯਾਦ ਆਇਆ ਉਹਨੇ ਕਿਹਾ ਸੀ ਨਿਰਮਲ ਜੀ ਜੇ ਤੁਸੀਂ ਪ੍ਰੈਗਨੈਂਟ ਹੋ ਜਾਓ ਤਾਂ ਦੁਨੀਆ ਦੀ ਕੋਈ ਵੀ ਤਾਕਤ ਤੁਹਾਡਾ ਵੀਜ਼ਾ ਲੱਗਣ ਤੋਂ ਰੋਕ ਨਹੀਂ ਸਕਦੀ ਨਿੰਮੀ ਨੇ ਰਾਣੋ ਦੀ ਸਲਾਹ ਨਾਲ ਬੜਾ ਸੋਚ ਸਮਝ ਕੇ ਹਨੀਮੋਂਦੀ ਸਕੀਮ ਘੜੀ ਸੀ ਰਾਣੂ ਨੇ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਲਾਉਣ ਦੀ ਵਿਉਂਤ ਬਣਾਈ। ਉਹਨੇ ਨਿੰਮੀ ਤੇ ਦੀਪੇ ਨੂੰ ਇੱਕ ਹੋ ਜਾਣ ਦਾ ਮੌਕਾ ਹੀ ਮੁਹੱਈਆ ਨਹੀਂ ਕਰਾਇਆ ਸਗੋਂ ਆਪਣੇ ਆਸ਼ਿਕ ਨਾਲ ਐਸ਼ ਕਰਨ ਦਾ ਜੁਗਾਰ ਵੀ ਬਣਾ ਲਿਆ। ਇਸ ਕੁਦਰਤ ਨੇ ਵੀ ਉਹਨਾਂ ਦਾ ਬਹੁਤ ਸਾਥ ਦਿੱਤਾ। ਸ਼ਰਾਬ ਦਾ ਨਸ਼ਾ, ਸਿੱਲਾ ਤੇ ਠੰਡਾ ਮੌਸਮ ਤੇ ਨਿੰਮੀ ਦੀਆਂ ਆਦਾਵਾਂ ਨੇ ਦੀਪੇ ਦੀ ਪੇਛਾ ਨਾ ਜਾਣ ਦਿੱਤੀ। ਨਿੰਮੀ ਨੇ ਸੰਭੋਗ ਦੌਰਾਨ ਕੋਈ ਵੀ ਸਾਵਧਾਨੀ ਨਾ ਵਰਤੀ। ਸਗੋਂ ਇਹ ਸੰਭੋਗ ਦੌਰਾਨ ਹਰ ਉਹ ਆਸਣ ਵਰਤਿਆ। ਜਿਹਦੇ ਨਾਲ ਔਰਤ ਦੇ ਗਰਭ ਠਹਿਰਨ ਦੀ ਸੰਭਾਵਨਾ ਵੱਧ ਜਾਂਦੀ ਹੈ। ਇਹ ਸਾਰੀ ਤਿਆਰੀ ਉਹਨੂੰ ਵਿਆਹ ਤੋਂ ਪਹਿਲਾਂ ਰਣੋਂ ਨਹੀਂ ਕਰਾਈ ਸੀ। ਸਭ ਤੋਂ ਵੱਡੀ ਗੱਲ ਇਹ ਸੀ ਕਿ ਕੁਦਰਤ ਉਹਦੇ ਵੱਲ ਸੀ। ਸਾਰਾ ਕੁਝ ਬਿਲਕੁਲ ਉਦਾਂ ਹੀ ਹੋਇਆ ਜਿੱਦਾਂ ਉਹਨੇ ਸੋਚਿਆ ਸੀ। ਨਿੰਮੀ ਨੂੰ ਪੂਰਾ ਯਕੀਨ ਸੀ ਕਿ ਉਹ ਗਰਭਤੀ ਹੋ ਚੁੱਕੀ ਹੈ। ਫਿਰ ਵੀ ਅਗਲੇ ਦਿਨ ਉਹਨੇ ਜਲੰਧਰ ਦੇ ਇੱਕ ਮੈਡੀਕਲ ਕਲੀਨਿਕ 'ਚ ਜਾ ਕੇ ਆਪਣਾ ਚੈੱਕਅਪ ਕਰਾਇਆ ਤੇ ਉਹਦੇ ਸ਼ੱਕ ਤੇ ਯਕੀਨ ਦੀ ਮੋਹਰ ਲੱਗ ਗਈ। ਘਰ ਵਾਪਸ ਆਉਂਦਿਆਂ ਖੁਸ਼ ਸੀ ਕਿ ਉਹਨੇ ਮੋਰਚਾ ਮਾਰ ਲਿਆ। ਪਰ ਨਾਲ ਹੀ ਫਿਕਰਾਂ ਦਾ ਪਹਾੜ ਵੀ ਸਾਹਮਣੇ ਸੀ। ਉਹਨੂੰ ਆਪਣੇ ਆਲੇ ਦੁਆਲੇ ਵਾਲੇ ਬਹੁਤ ਸਾਰੇ ਲੋਕਾਂ ਦਾ ਸਾਹਮਣਾ ਕਰਨਾ ਪੈਣਾ ਸੀ। ਮਾਸੀ, ਦੀਪਾ, ਲਾਲੀ, ਡੈਡੀ, ਮੰਮੀ ਕਿਸੇ ਨੂੰ ਵੀ ਇਹ ਗੱਲ ਹਜ਼ਮ ਨਹੀਂ ਸੀ ਹੋਣ ਵਾਲੀ। ਦੋ ਦਿਨ ਇੰਤਜ਼ਾਰ ਕਰਨ ਮਗਰੋਂ ਇੱਕ ਦਿਨ ਮੌਕਾ ਦੇਖ ਕੇ ਉਹਨੇ ਮਾਸੀ ਨੂੰ ਕਿਹਾ, "ਮਾਸੀ, ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਆ।" ਆਂਦੀ ਇਹ ਦੱਸ ਕੀ ਕਹਿਣਾ। "ਮਾਸੀ ਪਹਿਲਾਂ ਤੂੰ ਸੌਂ ਖਾ। ਵੀ ਗੁੱਸੇ ਨਹੀਂ ਹੋਏਂਗੀ।" ਨੇ ਮੀਨੇ ਮਾਸੀ ਦੇ ਗਲ ਬਾਹਾਂ ਪਾਉਂਦਿਆਂ ਕਿਆ ਨਾ ਕੁੜੇ ਮੈਨਾਂ ਨੂੰ ਗੁੱਸੇ ਹੋਣਾ ਤੂੰ ਦੱਸ ਨਿਸ਼ੰਗ ਹੋ ਕੇ ਮਾਸੀ ਨੇ ਹੈਰਾਨ ਹੁੰਦਿਆਂ ਕਿਆ ਮਾਸੀ ਮੈਂ ਮਾਂ ਬਣਨ ਵਾਲੀ ਆ ਕੁੜੇ ਕੀ ਕਿਹਾ ਮਾਸੀ ਹੈਰਾਨੀ ਦੀਆਂ ਸਿਖਰਾਂ ਤੇ ਪਹੁੰਚ ਗਈ ਮਾਸੀ ਮੇਰੇ ਨਿਆਣਾ ਨਿੱਕਾ ਹੋਣ ਵਾਲਾ ਕੁੜੇ ਸੰਗ ਕਰ ਕੁਝ ਕੀ ਕਹੀ ਜਾਨੀ ਐ ਇਹ ਕੀ ਦਾ ਬੀ ਲਈ ਫਿਰਦੀ ਆ ਮਾਸੀ ਹੈ ਦਾ ਨਾ ਕਹੇ ਮੇਰੇ ਘਰ ਵਾਲੇ ਦਾ ਹੀ ਆ ਦੀਪੇ ਦਾ ਹੀ ਆ ਨੇ ਮੀਨੇ ਕਿਹਾ ਨਾ ਉਹਨੂੰ ਸ਼ਰਮ ਨਾ ਆਈ ਛੋਟੀ ਨੂੰ ਵੀ ਘਰ ਬਿਠਾਈ ਬੈਠਾ ਤੇ ਤੇਰੇ ਨਾਲ ਵੀ ਆ ਘਾਰਾ ਕਰ ਗਿਆ ਇਹ ਕਹਿੰਦੀ ਆ ਮਾਸੀ ਦੀ ਆਵਾਜ਼ ਵਿੱਚ ਲੋੜੇ ਦਾ ਗੁੱਸਾ ਸੀ ਮਾਸੀ ਉਹਨੂੰ ਦੋਸ਼ ਨਾ ਦੇ ਇਹ ਸਾਡੇ ਪਿਆਰ ਦੀ ਨਿਸ਼ਾਨੀ ਆ ਨਿਸ਼ਾਨੀ ਸਵਾਦ 익ੀ ਕਦੇ ਸੋਚੇ ਵੀ ਦੁਨੀਆ ਕੀ ਕਹੂ ਤੇਰੀ ਭੈਣ ਤੇ ਮਾਪਿਓ ਕੀ ਕਹਿਣਗੇ ਮਾਸੀ ਨੇ ਚਿੰਤਾ ਜਤਾਈ ਹੁਣ ਜੋ ਹੋ ਗਿਆ ਸੋ ਹੋ ਗਿਆ ਦੁਨੀਆ ਦੀ ਮੈਨੂੰ ਚਿੰਤਾ ਨਹੀਂ ਮਾਸੀ ਮੇਰੀ ਕੋਖ ਵਿੱਚ ਮੇਰੇ ਘਰ ਵਾਲੇ ਦਾ ਹੀ ਬੱਚਾ ਹੈ ਮੈਂ ਉਹਦੇ ਨਾਲ ਮਹਾਰਾਜ ਅੱਗੇ ਬੈਠ ਕੇ ਲਗਵਾਂ ਲਈਆਂ ਹੋਈਆਂ। ਬਾਕੀ ਮੰਮੀ ਡੈਡੀ ਤੇ ਲਾਲੀ ਨਾਲ ਵੀ ਮੈਂ ਆਪੇ ਗੱਲ ਕਰ ਲਵਾਂ। ਮੈਂ ਤਾਂ ਤੈਨੂੰ ਦੱਸਿਆ ਪੀ ਇਹ ਚੀਜ਼ਾਂ ਕਿਹੜਾ ਬਹੁਤਾ ਚਿਰ ਲੁਕਦੀਆਂ। ਕੱਲ ਨੂੰ ਵੀ ਤੈਨੂੰ ਪਤਾ ਲੱਗਣਾ ਹੀ ਆ। ਇਹਦੇ ਨਾਲ ਉਹ ਚੰਗਾ ਅਜੀ ਦੱਸਦੇ ਆ। ਨਿਮੀ ਬੇਪਰਵਾਹੀ ਜਿਹੀ ਨਾਲ ਕਹਿ ਗਈ। ਤੇਰੀ ਮਰਜ਼ੀ ਕੁੜੀਏ। ਤੁਸੀਂ ਅੱਜ ਕੱਲ ਦੇ ਨਿਆਣੇ ਕਿਹੜਾ ਕਿਸੇ ਦੀ ਸੁਣਦੇ ਹੋ। ਪਰ ਮੇਰੀ ਇੱਕ ਗੱਲ ਪੱਲੇ ਬੰਨ ਲੈ। ਤਾਂ ਬਹੁਤ ਵੱਡਾ ਪੰਗਾ ਸਹਿੜ ਲਿਆ ਮਾਸੀ ਨੇ ਕੁਝ ਸੋਚਦਿਆਂ ਕਿਆ ਪੰਗਾ ਤਾਂ ਪੰਗਾ ਹੀ ਸਹੀ ਦੇਖ ਹੀ ਜਉ ਜੋ ਹੁੰਦਾ ਏ ਕਹਿ ਕੇ ਨਿਮੀ ਅੰਦਰ ਵੜ ਗਈ ਧੰਵਾਦ ਚਲਦਾ